ਯੁੱਧ ਦਾ ਇਸ ਵੇਲੇ ਪੱਦਰ ਮੈਂ ਸਮਝਦਾ ਪਰਮਾਤਮਾ ਮਦਦ ਕਰ ਸਕਦਾ ਸਾਰੇ ਦੇਸ਼ ਲੱਗੇ ਹੋਏ ਨੇ ਪਰ ਹਾਲਾਤ ਜਿਹੜੇ ਬਹੁਤ ਵਿਗੜ ਰਹੇ ਆ ਸਾਡੇ ਮੰਤਰੀ ਵੀ ਉੱਥੇ ਗਏ ਹੋਏ ਨੇ ਜਿਹੜੇ ਸਰਕਾਰ ਦੇ ਸਾਡੇ ਅੱਜ ਮੈਂਬਰ ਪਾਰਲੀਮੈਂਟ ਜਿਹੜੇ ਉਹ ਵੀ ਆਪ ਚਲੇ ਗਏ ਨੇ ਸਿਰਫ ਇਸ ਵੇਲੇ ਤਾਂ ਬਾਹਰ ਬਹਿ ਕੇ ਅਰਦਾਸਾਂ ਕੀਤੀਆਂ ਜਾ ਸਕਦੀਆਂ ਜਿਹੜਾ ਕੰਮ ਸੀ ਉਹ ਤਾਂ ਪਹਿਲਾਂ ਜਿਹੜੇ ਕਰਨੇ ਸੀ ਉਹ ਚ ਕਿੰਤੂ ਪ੍ਰੰਤੂ ਉਹ ਬਾਅਦ ਦੀਆਂ ਗੱਲਾਂ ਐ ਇਸ ਵੇਲੇ ਤਾਂ ਸਿਰਫ ਇਨਸਾਨੀਅਤ ਦੇ ਤੌਰ ਤੇ ਉਹ ਮੁਲਕਾਂ ਨੂੰ ਇਹ ਕਹਿ ਸਕਦੇ ਆ ਭਾਈ ਸਾਡੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਹਿਊਮਨ ਸ਼ੀਲਡ ਨਾ ਬਣਾਓ ਸਾਡੇ ਬੱਚਿਆਂ ਨੂੰ ਬਾਹਰ ਆ ਜਾਣ ਦਿਓ ਜਿਹੜਾ ਵੀ ਕਿਸੇ ਹੋਰ ਝੱਡਾ ਕਿਸੇ ਦੇਸ਼ ਦਾ ਦਿਖਾ ਰਿਆ ਏ ਉਹ ਤੁਹਾਡੇ ਮੁਲਕ ਨਾਲ ਤੁਹਾਡੀ ਲੜਾਈ ਨਾ ਉਹਦਾ ਕੀ ਲੈਣਾ ਦੇਣਾ ਹੈ ਭਾਈ ਅਸੀਂ ਤਾਂ ਤੁਹਾਡੇ ਜੇ ਉੱਥੇ ਪੜਨ ਜਾਂਦੇ ਸੀ ਤੁਹਾਨੂੰ ਫੀਸਾਂ ਦੇ ਕੇ ਜਾਂਦੇ ਸੀ ਤੁਹਾਡੇ ਟੈਕਸ ਮੰਨਦੇ ਸੀ ਤੁਹਾਨੂੰ ਪੈਸੇ ਮਿਲਦੇ ਸੀ ਤੁਹਾਡਾ ਦੇਸ਼ ਚੱਲਦਾ ਸੀ ਕਿਉਂ ਸਾਨੂੰ ਮਾਰਨ ਲੱਗੇ ਸਾਡੇ ਬੱਚਿਆਂ ਨੂੰ ਕਿਉਂ ਸਾਨੂੰ ਇਸ ਕੰਡੇ ਲਿਆ ਕੇ ਖੜਾ ਕੀਤਾ ਕੱਲ ਨੂੰ ਫੇਰ ਵੀ ਤਾਂ ਜਦੋਂ ਅਮਨ ਸ਼ਾਂਤੀ ਹੋਣੀ ਆ ਸਾਡੇ ਅਰਗੇ ਦੇਸ਼ਾਂ ਨੇ ਤੁਹਾਡੀਆਂ ਮਦਦਾਂ ਕਰਨੀਆਂ ਇਸ ਕਰਕੇ ਅੱਜ ਮੌਕਾ ਏ ਸਾਡੇ ਬੱਚਿਆਂ ਨੂੰ ਸੁਰੱਖਿਅਤ ਆ ਉਥੋਂ ਕੱਢੋ ਇਹ ਨਾ ਉਹਨਾਂ ਦੇ ਮੂਰੇ ਹੀ ਅੱਗੇ ਹੱਥ ਜੋੜ ਸਕਦੇ ਆ ਇਸ ਵੇਲੇ ਹੋਰ ਕੋਈ ਚਾਰਾ ਨਹੀਂਗਾ ਪੋਲਿਟਿਕਸ ਦਾ ਸਮਾਂ ਨਹੀਂ ਹੈ ਨਹੀਂ ਪੋਲਿਟਿਕਸ ਦਾ ਤਾਂ ਸਮਾਂ ਹੁੰਦਾ ਹੀ ਨਹੀਂ ਗਏ ਚੀਜ਼ਾਂ 'ਚ ਕਿਹੜੀ ਪੋਲਿਟਿਕਸ ਕਰਨੀ ਆ ਜੀ ਮੈਂ ਮੈਂ ਕਿਸੇ ਦੇ ਉਲਟ ਬੋਲ ਦੂੰਗਾ ਉਹਦੇ ਨਾਲ ਕੀ ਹੋਊਗਾ ਇਹ ਮੁੱਦਿਆਂ ਇਹ ਇਹ ਗੱਲਾਂ ਜੇ ਕੋਈ ਘਰ ਵੀ ਰਿਹਾ ਹੋਊਗਾ ਉਹਦਾ ਕੋਈ ਲਾਭ ਨਹੀਂ ਹੋਣਾ ਉਹ ਛੋਟੀ ਗੱਲ ਆ ਕੱਲ ਸਾਡੇ ਰਾਹੁਲ ਗਾਂਧੀ ਜੀ ਨਾਲ ਬੈਠੇ ਸੀ ਐਕਸਟਰਨਲ ਫੇਅਰ ਮਿਨਿਸਟਰ ਦੇ ਤੇ ਉੱਥੇ ਬਾਅਦ ਚ ਥਰੂਰ ਸਾਹਿਬ ਨੇ ਬਿਆਨ ਦਿੱਤਾ ਵੀ ਜੋ ਸਰਕਾਰ ਕਰ ਰਹੀ ਆ ਇਸ ਵੇਲੇ ਉਹ ਬਹੁਤ ਵਧੀਆ ਕਰ ਰਹੀ ਆ ਅਸੀਂ ਉਸ ਤਸੱਲੀ ਆ ਤੇ ਇਸ ਕਰਕੇ ਇਸ ਵੇਲੇ ਇਹ ਗੱਲਾਂ ਕਰਨ ਦਾ ਸਮਾਂ ਨਹੀਂਗਾ ਇਸ ਵੇਲੇ ਤਾਂ ਸਾਨੂੰ ਜਿਹੜੇ ਬੱਚੇ ਨੇ ਉਹ ਅਕਾਲੀ ਦਲ ਜਾਂ ਭਾਜਪਾ ਜਾਂ ਕਾਂਗਰਸ ਦੇਖਣੀ ਆ ਜੇ ਉਹ ਕਾਂਗਰਸ ਦੇ ਤਾਂ ਤਾਂ ਕੱਢ ਲਓ ਜਾਂ ਭਾਜਪਾ ਦੇ ਤਾਂ ਕੱਢ ਲਓ ਇਸ ਵੇਲੇ ਤਾਂ ਭਾਈ ਹੱਥ ਜੋੜ ਕੇ ਆ ਵੀ ਉਹ ਬੱਚਿਆਂ ਦੀ ਜਿਹਦਾ ਬੱਚਾ ਉੱਥੇ ਫਸਿਆ ਨਾ ਇਸ ਵੇਲੇ ਉਹ ਜਾਣਾ ਹੈ ਉਹ ਮੈਂ ਦਰਦ ਕਦੇ ਵੀ ਨਹੀਂ ਜਾਣ ਸਕਦਾ ਜਿਹਦਾ ਬੱਚਾ ਹੈ ਨਾ ਉਹਨੂੰ ਪਤਾ ਹੈ ਵੀ ਉਹਦੇ ਕੀ ਬੀਤ ਰਹੀ ਹੈ ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇਵੇ ਤੇ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੇ ਲੀਡਰ ਨੇ ਇਹਨਾਂ ਦੇ ਥੋੜਾ ਬਹੁਤਾ ਪਰਮਾਤਮਾ ਇਹਨਾਂ ਨੂੰ ਮਤ ਦੇਵੇ ਆਖਰੀ ਸਵਾਲ ਹੈ ਸਰ ਆਪਸੇ ਵੀ ਸੰਪਰਕ ਸਾਧਾ tha ਹਮੇ ਤੋ ਲਗਾਤਾਰ ਸੰਪਰਕ ਮੇ ਮਾਪੇ ਸੰਪਰਕ ਮੇ ਹੈ ਬੱਚੇ ਸੰਪਰਕ ਮੇ ਹੈ ਪਰ ਹਮਾਰਾ ਸੰਪਰਕ ਕਰੇਗਾ ਕਿਆ ਸੰਪਰਕ ਕਰੇਗਾ ਕਿਆ ਤੁਹਾਨੂੰ ਧੰਨਵਾਦ ਰਵਨੀਤ ਬਿੱਟੂ ਲੁਧਿਆਣਾ ਸੇ ਕਾਂਗਰਸ ਕੇ ਸੰਸਦ ਉਹ ਕਹਿ ਰਹੇ ਰਾਜਨੀਤੀ ਕਾ ਸਮੇਂ ਨਹੀਂ ਹੈ ਛਾਤਰੋ ਕੋ ਬਾਹਰ ਨਿਕਾਲਾ ਜਾਏ ਇਹ ਪ੍ਰਾਥਮਿਕਤਾ ਹੈ ਕੈਮਰਾਮੈਨ ਆਇਤ ਪੜਨੇ ਕੇ ਸਾਥ ਬਰਨ ਗੋਇਲ ਮੈਚਨ ਪ੍ਰਾਈਮ ਦਿੱਲੀ